ਮੇਰੀ ਬੇਨਤੀ ਹੈ ਕਿ ਸਾਹਮਣੇ ਸੜਕ ਦੇ ਉੱਪਰ ਜੋ ਪਿੰਡ ਵਾਲੇ ਪਾਸੇ ਨੂੰ ਸੜਕ ਜਾ ਰਹੀ ਹੈ, ਛੋਟਾ ਹਾਥੀ ਕਿਸੇ ਵੀਰ ਨੇ ਲਾਇਆ ਉਹ ਜਿਸ ਵੀ ਦਾ ਵੀ ਹੋਵੇ ਪਲੀਜ਼ ਉਹ ਸਾਈਡ ਤੇ ਕਿਤੇ ਰਾਵੇ, ਜਿਸ ਵੀ ਦਾ ਵੀ ਉਹ ਛੋਟਾ ਹਾਥੀ ਹੈ ਉਹ ਸਾਈਡ ਤੇ ਕਿਤੇ ਰਾਵੇ ਤਾਂ ਜੋ ਰਸਤਾ ਨਾ ਬਲੌਕ ਹੋ ਸਕੇ। ਸਾਹਮਣੇ ਲੱਗਦਾ ਕਿ ਦਾ ਸ਼ਰੀਰ ਹੈ, ਕੁਝ ਨਕੋਦਰ ਨੂੰ ਜਾ ਰਹੇ ਆ, ਕੁਝ ਜਲੰਧਰ ਵੱਲੋਂ ਆ ਰਹੇ ਆ। ਸਾਹਮਣੇ ਪਰਮਜੀਤਪੁਰ ਦੀ ਟੀਮ ਦੇ ਵੱਲੋਂ ਸੁਲਤਾਨਪੁਰ ਲੋਧੀ ਦੇ ਲਾਗੇ ਇਹ ਮਸ਼ਹੂਰ ਕਬੱਡੀ ਦੇ ਖਿਡਾਰੀਆਂ ਦਾ ਪਿੰਡ ਹੈ, ਜਿੱਥੇ ਦੇ ਕਾਲੇ ਵਰਗੇ ਬਾਗੀ ਵਰਗੇ ਕੁਹਾਰਾ ਤੇ ਮਾਧੋਪੁਰ ਨੂੰ ਆਖਰੀ ਕਾਲ ਕੀਤੀ ਜਾ ਰਹੀ ਹੈ। ਕੁਹਾਰਾ ਤੇ ਮਾਧੋਪੁਰ ਚਿੱਟੀ ਤੇ ਕਪੂਰਪੁਰ ਨੂੰ ਵੀ ਮੇਰੀ ਬੇਨਤੀ ਹੈ ਵੀ ਇਹ ਟੀਮਾਂ ਬਾਅਦ ਜਲਦ ਮੈਦਾਨ ਪੁੱਜਣ। ਚਿੱਟੀ ਤੇ ਕਪੂਰਪੁਰ ਦਾ ਪਹਿਲਾ ਕੁਹਾਰਾ ਤੇ ਮਾਧੋਪੁਰ ਦਾ ਮੈਚ ਹੋਏਗਾ। ਸਾਹਮਣੇ ਮਾਧੋਪੁਰ ਦੀ ਟੀਮ ਜਿਹੜੀ ਹੈ ਮੈਦਾਨ ਲਾ ਰਹੀ ਹੈ, ਮਾਧੋਪੁਰ ਫਗਵਾੜੇ ਦੇ ਲਾਗੇ ਇਹ ਮਸ਼ਹੂਰ ਨਗਰ ਹੈ। ਆਹ ਦੂਸਰੇ ਪਾਸੇ ਮੇਰੀ ਬੇਨਤੀ ਹੈ ਕੁਹਾਰੇ ਦੀ ਟੀਮ ਅਠਾਲੇ ਦੇ ਲਾਗੇ ਕਹਿੰਦੇ ਵੀ ਇਹ ਪਿੰਡ ਮਸ਼ਹੂਰ ਹੈ ਜਿਹੜੇ ਜਲੰਧਰ ਦਾ, ਤੁਹਾਡੇ ਦੀ ਟੀਮ ਪੁੱਜ ਜਾਵੇ। ਇਹਦੇ ਮਸ਼ਹੂਰ ਕਬੱਡੀ ਦਾ ਖਿਡਾਰੀ ਮਹੂਏ ਪਿੰਡ ਦਾ ਗੱਲਾ ਵੀ ਪੁੱਜਿਆ ਹੈ, ਇਸ ਵੀ ਦਾ ਵੀ ਬਹੁਤ ਬਹੁਤ ਧੰਨਵਾਦ। ਜਿੱਥੇ ਪ੍ਰਸਿੱਧ ਕਬੱਡੀ ਦੇ ਖਿਡਾਰੀ ਪੁੱਜ ਰਹੇ ਨੇ ਉੱਥੇ ਸਾਡੇ ਵੀ ਕਰਮਵੀਰ ਸਿੱਧੂ ਜੀ, ਦਮਨ ਸਿੱਧੂ ਤੇ ਹਰਦੀਪ ਸਿੱਧੂ ਜੀ ਹੋਣਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਤਿਕਾਰਯੋਗ ਵੀਰ ਰੁਪਿੰਦਰ ਸਿੰਘ ਜੀ ਗਾਂਧੀ ਖੰਨੇ ਵਾਲੇ ਪੁੱਜ ਰਹੇ ਨੇ, ਮਿੰਦੀ ਗਾਂਧੀ ਜੀ ਗਾਂਧੀ ਗਰੁੱਪ ਵਾਲੇ ਪੁੱਜ ਰਹੇ ਨੇ ਆਪਣੇ ਸਮੁੱਚੇ ਸਾਥੀਆਂ ਦੇ ਨਾਲ। ਸੋ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਸਤਿਕਾਰ ਕੀਤਾ ਜਾਵੇਗਾ। ਉੱਥੇ ਗੁਰੂ ਗਰੇਵਾਲ ਜੀ, ਅਰਮਾਨ ਚੀਮਾ ਜੀ, ਹਰਮਨ ਵਿਰਕ ਜੀ ਪੁੱਜ ਰਹੇ ਨੇ, ਇਹ ਸਤਿਕਾਰਯੋਗ ਵੀਰ ਜਿਹਨਾਂ ਦਾ ਸਤਿਕਾਰ ਔਰ ਮਾਨ ਸਨਮਾਨ ਹੋਏਗਾ। ਅਨਾਰੀ ਸਤਿਕਾਰਯੋਗ ਸਟਾਰ ਰਣਜੀਤ ਸਿੰਘ ਦੇਵ, ਚੇਅਰਮੈਨ ਮਾਰਕੀਟ ਕਮੇਟੀ, ਉਹ ਵੀ ਸਾਡੇ ਕੋਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਸਟਾਰ ਰਣਜੀਤ ਸਿੰਘ ਦੇਵ ਸਾਹਿਬ, ਚੇਅਰਮੈਨ ਮਾਰਕੀਟ ਕਮੇਟੀ, ਸਟਾਰ ਹਰਕਮਲ ਸਿੰਘ ਜੀ ਵਿਰਕ, ਪ੍ਰਧਾਨ ਦੁਆਬਾ ਜੈਨ, ਸਟਾਰ ਹਰਕਮਲ ਸਿੰਘ ਜੀ ਵਿਰਕ, SOI ਪ੍ਰਧਾਨ ਦੁਆਬਾ ਜੈਨ ਤੋਂ ਵਿਸ਼ੇਸ਼ ਤੌਰ ਤੇ ਪੁੱਜਣਗੇ, ਜਿਹਨਾਂ ਨੂੰ ਆਖਿਆ ਜਾਵੇਗਾ। ਸ਼੍ਰੀ ਰਾਬਨ ਬਰਾੜ ਜੀ, SOI ਮਾਲਵਾ ਜੈਨ ਪ੍ਰਧਾਨ ਸਾਹਿਬ ਸਾਡੇ ਕੋਲ ਪੁੱਜਣਗੇ, ਆਪਾਂ ਉਹਨਾਂ ਦਾ ਵੀ ਸਵਾਗਤ ਕਰਾਂਗੇ। ਸਟਾਰ ਪਰਗਟ ਸਿੰਘ ਢਿੱਲੋਂ ਸਾਹਿਬ, ਸਰਪੰਚ ਆਲੀਵਾਲ, ਸਟਾਰ ਮਨਪ੍ਰੀਤ ਸਿੰਘ ਇਆਲੀ, MLA ਲੁਧਿਆਣਾ, ਸਟਾਰ ਸੁਰਜੀਤ ਸਿੰਘ ਜੀ ਅਬਲੇਵਾਲ, ਟੂਰਿਜ਼ਮ ਮਨਿਸਟਰ ਪੰਜਾਬ ਸਾਡੇ ਕੋਲ ਵਿਸ਼ੇਸ਼ ਤੇ ਪੁੱਜ ਰਹੇ ਨੇ। ਇਹ ਸਰਕਾਰਯੋਗ ਸ਼ਸ਼ੀਤਾ ਜਿਹਨਾਂ ਦਾ ਮਾਨ ਸਨਮਾਨ ਕੀਤਾ ਜਾਵੇਗਾ, ਆਪਾਂ ਜੀਆਂ ਨੂੰ ਆਖਾਂਗੇ। ਲਾ ਕਬੱਡੀ ਦੇ ਨਾਲ ਤੁਹਾਨੂੰ ਜੋੜੀਏ ਇਸ ਸਮੇਂ ਅਲਵਾਲ ਦੀ ਟੀਮ ਦੇ ਨਾਲ ਕਬੱਡੀ, ਤੇ ਦੂਸਰੇ ਪਾਸੇ ਪਰਮਜੀਤ ਪ੍ਰਿਆ ਮੋਟਾ ਪੱਟ ਖਿੱਚਣ ਦਾ ਯਤਨ ਕਰਦਾ ਹੈ ਕਿ ਬੱਚੀ ਜਿੰਦਰੀ ਜੱਟਾਂ ਤੋਂ, ਫਰਜ਼ ਮੋਟਿਆ ਪੱਟਾਂ ਤੋਂ, ਲੜ ਪੈਂਦੇ ਬੰਨੇ ਬੱਟਾਂ ਤੋਂ। ਭਾਈ ਪਿੱਛੇ ਆਹ ਦੁਨੀਆ ਦੇ ਮਸ਼ਹੂਰ ਕਬੱਡੀ ਦੇ ਖਿਡਾਰੀ ਤਿਆਰੀ ਕਰਦੇ, ਕਹਿੰਦੇ ਵੀ ਲੱਕੀ ਦਾ ਵਿਸ਼ੇਸ਼ ਮਾਨ ਸਨਮਾਨ ਅੱਜ ਇਸ ਸ਼ੇਰ ਦੇ ਮੈਦਾਨ 'ਚ ਹੋਣਾ ਹੈ। ਬਿਹਾਰੀਪੁਰ ਦੇ ਕਹਿੰਦੇ ਨਾ ਕਹਿੰਦੇ ਵੀ ਜੋੜੀ ਬੜੀ ਪ੍ਰਸਿੱਧ ਰਹੀ ਹੈ ਕੁਰਾਲੀ ਦੇ ਲੱਕੀ ਦੀ, ਤੇ ਵੱਡਾ ਪਿਆਰ ਕੈਨੇਡਾ 'ਚ ਵਸਿਆ ਸਾਡਾ ਵੀਰ ਸ਼ੇਰ ਤੋਂ ਦੇ ਪੁੱਜੇਗਾ ਲੱਕੀ ਕੁਰਾਲੀ ਵਾਲਾ, ਜਿਹਦਾ ਅੱਜ ਵਿਸ਼ੇਸ਼ ਮਾਨ ਸਨਮਾਨ ਤਾਜਪੁਰ ਦੇ ਖੇਡ ਦੇ ਮੈਦਾਨ 'ਚ ਹੋਵੇਗਾ। ਆਮ ਕਹਿੰਦੇ ਵੀ ਸਿਆਸਤ 'ਚ ਵੱਡਾ ਨਾਮ ਹੈ ਸਾਡੇ ਤੇਜਿੰਦਰ ਸਿੰਘ ਨਿੱਜਰ ਸਾਹਿਬ, ਉਹ ਵੀ ਪੁੱਜ ਰਹੇ ਨੇ ਜਿਹਨਾਂ ਦੀ ਖੇਡਾਂ ਨੂੰ ਵੱਡੀ ਦੇਣ ਹੈ। ਤੇਜਿੰਦਰ ਸਿੰਘ ਨਿੱਜਰ ਸਾਹਿਬ ਉਹਨਾਂ ਦਾ ਵੀ ਸਵਾਗਤ ਹੋਏਗਾ, ਜੀ ਆ ਜਾਓ ਆਖਿਆ ਜਾਵੇਗਾ। ਪਰ ਆਪਾਂ ਜਿਹੜੀ ਮੈਦਾਨ ਦੇ ਨਾਲ ਇਸ ਨੂੰ ਲੱਗੀ ਹੋਈ ਕੈਂਚੀ, ਤੇ ਲੱਗੀ ਹੋਈ ਕੈਂਚੀ ਫਿਰ ਤਿਉਹਾਰ ਜਿਹੜੇ ਹੁੰਦੀ ਹੈ ਬੇਗਾਨੇ ਪੁੱਤ ਜ਼ੋਰ ਲਾ ਕੇ ਇਹਨੇ ਵੇਲ ਦਿੰਦੇ ਜਿਵੇਂ ਚੱਕਲੇ ਦਿੰਦੇ ਰੋਟੀ ਵੇਲ ਹੁੰਦੀ ਹੈ, ਨਾ ਲੱਗਾ ਹੈ ਮਾੜਾ ਵਹੀ ਜ਼ੋਰ ਇਸ ਵਿੱਚ ਉਹਨਾਂ ਖਿਡਾਰੀਆਂ ਦੇ ਦਰਮਿਆਨ ਸੰਘਰਸ਼ ਕੀਤਾ ਜਾ ਰਿਹਾ ਹੈ। ਤੇ ਨੰਬਰ ਜਾਫੀ ਦਾ ਮਾਧੋਪੁਰ ਦੀ ਟੀਮ ਪੁੱਜੀ, ਕੁਹਾਰੇ ਦੀ ਟੀਮ ਅਸੀਂ ਕੱਟੇ ਜਾ ਰਹੇ ਹਾਂ, ਕੁਹਾਰੇ ਦੀ ਟੀਮ, ਕੁਹਾਰੇ ਵਾਲੇ ਵੀ ਆ ਰਹੇ ਇੱਧਰ ਭੱਜ ਕੇ, ਨਹੀਂ ਤਾਂ ਟੀਮ ਲੱਗੇ ਕੱਟਣ। ਵੱਡੇ ਵੀ ਨੋਟ ਕਰੀ ਵੀ ਪਰਮਜੀਤਪੁਰ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ, ਪਰਮਜੀਤਪੁਰ ਦੀ ਟੀਮ ਇਸ ਮੈਚ ਦੇ ਜੇਤੂ ਬਣੀ ਹੈ। ਕੁਹਾਰੇ ਦੀ ਟੀਮ ਨੂੰ ਇੱਕ ਮਿੰਟ ਦਾ ਸਮਾਂ, ਆ ਰਹੇ ਉਹ ਖਿਡਾਰੀ ਵੀ ਭੱਜ ਕੇ। ਕਪੂਰਪੁਰ ਦੇ ਚਿੱਟੀ ਦੀਆਂ ਟੀਮਾਂ ਵੀ ਵੱਧ ਜਲਦ ਮੈਦਾਨ ਪੁੱਜਣ। ਕਪੂਰਪੁਰ ਦੇ ਚਿੱਟੀ ਇਹ ਟੀਮਾਂ ਨੂੰ ਮੇਰੀ ਬੇਨਤੀ ਆ ਵੀ ਆਓ ਮੈਦਾਨ ਦੇ ਵਿੱਚ,
ਕਪੂਰ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਦੇਖੋ ਬਾਡੀਆਂ ਸ਼ਿੰਗਾਰੀਆਂ ਲੱਗੂਗਾ ਮੈਦਾਨ ਵਿੱਚ ਜੋਰ ਚੋਟੀ ਅੱਡੀ ਦਾ ਬੰਦਾ ਤੁਹਾਡੀ ਤੋਂ ਹੀਰਾ ਹੋ ਜਾਂਦਾ ਜਿਹਨੂੰ ਲੱਗ ਜਾ ਇਸ਼ਕ ਵੱਡੀ ਦਾ ਕਬੱਡੀ ਦਾ ਇਸ਼ਕ ਲਗਾ ਇਹਨਾਂ ਨੌਜਵਾਨਾਂ ਨੂੰ ਮਾਂ ਖੇਡ ਦੇ ਨਾਲ ਪ੍ਰੀਤਾ ਪਾਈਆਂ ਇਹਨਾਂ ਨੌਜਵਾਨਾਂ ਨੇ ਜਵਾਨੋ ਬੱਚਾ ਨਸ਼ਿਆਂ ਤੋਂ ਲੱਗ ਕਬੱਡੀ ਦੇ ਨਾਲ ਲਓ ਇਹ ਖੇਡ ਪਿਆਰੀ ਪੰਜਾਬੀਆਂ ਦੀ ਇਹਨੂੰ ਨਾ ਧੜਿਆਂ ਵਿੱਚ ਵੰਡਾਓ ਕਬੱਡੀ ਹੈ ਸ਼ਾਨ ਪੰਜਾਬੀਆਂ ਦੀ ਇਹਦਾ ਉੱਚਾ ਨਾ ਚਮਕਾਓ ਚਿੱਟੀ ਦੀ ਟੀਮ ਵੱਧ ਜਲ ਮੈਦਾਨ ਪੁੱਜੇ ਚਿੱਟੀ ਦੀ ਟੀਮ ਵੱਧ ਜਲ ਖੇਡ ਮੈਦਾਨ ਪੁੱਜਾਵੇ ਆਖਿਆ ਜਾਵੇਗਾ ਸਮੁੱਚੇ ਪ੍ਰਬੰਧਕ ਵੀਰਾਂ ਦੇ ਵੱਲੋਂ ਪਰ ਸ਼ੇਰ ਤੌਰ ਤੇ ਧਾਰਨ ਕੀਤਾ ਜਾ ਰਿਹਾ ਹੈ ਪਾਵਰ ਫਿਟਨੈਸ ਜਿਮ ਵਾਲੇ ਸਾਡੇ ਵੀਰ ਸੁੱਖਾ ਜੀ ਤੇ ਹੈਪੀ ਜੀ ਉਹਨਾਂ ਦਾ ਬਹੁਤ ਬਹੁਤ ਧਾਰਨ ਕੀਤਾ ਜਾ ਰਿਹਾ ਹੈ ਪਾਵਰ ਫਿਟਨੈਸ ਜਿਮ ਵਾਲੇ ਸਾਡੇ ਵੀਰ ਸੁੱਖਾ ਦੇ ਹੈ ਪਹਿਲੀ ਹੈ ਕਬੱਡੀ ਦੇ ਕਾਂਡਪੁਰ ਨੌਜਵਾਨ ਨੂੰ ਦੋਨੋਂ ਕਰੀਏ ਤੇ ਸਿੱਖ ਸਰਦਾਰ ਨੇ ਆਪ ਸੈਂਟਰ ਵਿੱਚ ਪੰਮਾ ਤੇ ਨਾਲ ਕਹਿੰਦੇ ਰਾਜਾ ਨਾ ਆ ਹੈ ਰਾਜਾ ਤੁਹਾਲੇ ਵਾਲਾ ਇਹ ਨੂੰ ਕਹਿੰਦੇ ਵੀ ਚੀੜਾ ਜਾਫੀ ਹੈ ਲੱਗ ਫੜਨਾ ਯਤਨ ਕਰ ਰਿਹਾ ਹੈ ਪਰ ਮੈਂ ਤਾਂ ਭਾਵੀ ਦੇ ਵਾਸਤੇ ਨੰਬਰ ਇਸ ਵਿੱਚ ਮਾਧਵਪੁਰ ਦਾ ਹੋ ਗਿਆ ਹੈ ਆ ਸਾਹਮਣੇ ਕਬੱਡੀ ਪਾਲ ਦੇ ਵਾਸਤੇ ਇਹ ਹੈ ਨੌਜਵਾਨ ਦੀਪਾ ਨੂੰ ਗਦਚਾਰੀ ਛਾਤੀ ਗੁਰਾ ਮਿਸ਼ਰ ਰੰਗ ਮੰਡੇ ਦਾ ਕਿ ਬਦਲ ਗੁੰਦਵਾ ਸਰੀਰ ਦੇ ਵਿੱਚ ਜਾਨ ਹੋਵੇ ਨਾਲੇ ਚਾਹੀਦਾ ਇਰਾਦਾ ਮਜ਼ਬੂਤ ਲੋਕੋ ਇਹਨੂੰ ਮਜ਼ਬੂਤ ਇਰਾਦੇ ਦੇ ਨਾਲ ਬਲੱਦ ਹੌਸਲੇ ਦੇ ਨਾਲ ਪਾਈ ਹੋਈ ਕਬੱਡੀ ਖੇਡ ਮੈਦਾਨ ਵਿੱਚ ਲਓ ਆ ਕਹਿੰਦੇ ਵੀ ਗੁਰਦੇਵ ਬੋਲੇ ਦੀ ਕਬੱਡੀ ਦਾ ਵਾਰਸ ਕਹਿੰਦੇ ਵੀ ਅਮਨ ਪੱਤਰ ਦੀ ਕਬੱਡੀ ਦਾ ਵਾਰਸ ਇਹ ਹੈ ਵਿੱਕੀ ਪਤੜਾ ਦੀ ਧਰਤੀ ਦਾ ਲਾ ਪੱਤਰ ਕਲਾ ਦਾ ਪੱਕੇ ਤੌਰ ਤੇ ਮਾਧੋਪੁਰ ਦੇ ਲਈ ਖੇਡਦਾ ਪੰਜਾਬ ਖੇਡ ਮੇਲਿਆਂ ਦੇ ਵਿੱਚ ਆਹ ਨੌਜਵਾਨ ਨੇ ਕਹਿੰਦੇ ਨੇ ਇੰਗਲੈਂਡ ਵਿੱਚ ਬਹੁਤ ਤਕੜੀ ਕਬੱਡੀ ਖੇਡੀ ਹੈ ਪਿਛਲੇ ਸਾਲ ਥੋੜੀ ਜਿਹੀ ਸੱਟ ਲੱਗੀ ਥੋੜਾ ਸਮਾਂ ਦੂਰ ਰਿਹਾ ਮਾਖਰੇ ਕਬੱਡੀ ਤੋਂ ਇਹ ਗੱਲਾਂ ਬਹੂਏ ਦੀ ਧਰਤੀ ਦਾ ਲਾ ਗੱਲਾਂ ਬਹੂਏ ਵਾਲਾ ਤੁਹਾਡਾ ਹੱਕ ਕਬੱਡੀ ਮਾਧੋਪੁਰ ਦੇ ਵੱਲੋਂ ਲਾਲ ਗੱਲਾਂ ਬਹੂਏ ਵਾਲਾ ਬਾਬਾ ਹੱਕ ਕਬੱਡੀ ਇਹਦੇ ਸਿੱਖ ਸਰਦਾਰ ਨੇ ਕੀਤੀ ਹਟਵਾਈ ਮੋਰੇ ਹੋ ਕੇ ਡੱਕਣ ਦਾ ਯਤਨ ਕਰ ਰਿਹਾ ਵਧੀਆ ਹੀ ਤਾਲਾ ਕੱਚੀ ਲਾਉਣ ਦਾ ਯਤਨ ਹੈ ਪਰ ਸਫਲਤਾ ਭਾਵੀ ਦੇ ਵਾਸਤੇ ਚੱਲ ਵੀ ਰਮਨ ਪਾਕ ਕਬੱਡੀ ਚੜ੍ਹਦੀ ਕਲਾ ਦੇ ਵਾਸਤੇ ਕਹਿੰਦੇ ਵੀ ਇਹ ਨੌਜਵਾਨ ਨੇ ਵੀ ਤਕੜੀ ਕਬੱਡੀ ਖੇਡੀ ਹੈ ਔਰ ਖੇਡ ਮੈਦਾਨ ਵਿੱਚ ਸਾਹਮਣੇ ਕਬੱਡੀ ਪਾਉਣ ਦੇ ਵਾਸਤੇ ਆਹ ਕਬੱਡੀ ਪਾ ਰਿਹਾ ਇਹ ਰਮਨ ਨੌਜਵਾਨ ਪੰਜਾਬ ਦੇ ਖੇਡ ਮੇਲਿਆਂ ਦੇ ਵਿੱਚ ਬਿਹਤਰੀਨ ਨਾਮ ਚੱਲਦਾ ਨਾ ਇਸ ਮੁੰਡੇ ਦਾ ਪਿਛਲੇ ਸਾਲ ਜਦੋਂ ਕਬੱਡੀ ਖੇਡੀ ਤੇ ਲਗਭਗ ਨੌਜਵਾਨ ਨੂੰ ਮੌਕਾ ਮਿਲਦਾ ਸੀ ਚੌਥੀ ਪੰਜਵੀਂ ਕਬੱਡੀ ਤੇ ਪਰ ਮੁੰਡੇ ਨੇ ਹੌਸਲਾ ਨਹੀਂ ਛੱਡਿਆ ਮਿਹਨਤ ਕੀਤੀ ਤੇ ਅੱਜ ਕਹਿੰਦੇ ਵੀ ਪਹਿਲੀ ਕਬੱਡੀ ਪਿੰਡ ਪੱਧਰ ਦੀ ਹੋਵੇ ਚਾਹੇ ਕਲੱਬਾਂ ਦੀ ਤੇ ਇਸ ਨੌਜਵਾਨ ਨੂੰ ਆਖਿਆ ਜਾਂਦਾ ਹੈ ਜੇ ਪਿੰਡ ਪੱਧਰ ਵੱਲੋਂ ਦੋ ਪਲੇਅਰ ਬਾਹਰ ਹੋਣ ਤੇ ਪਹਿਲਾ ਨਾਮ ਆਉਂਦਾ ਵੀ ਰਮਨ ਨੂੰ ਖਿਡਾਵਾਂਗੇ ਉਸ ਨੌਜਵਾਨ ਨੇ ਬਹੁਤ ਵਧੀਆ ਖੇਡ ਦਿਖਾਈਏ ਇਸ ਸਾਲ ਦਾ ਰਮਨ ਦੀ ਕਬੱਡੀ ਦੇ ਜਫਾ ਚਾਹੇ ਲੱਗ ਚੁੱਕਿਆ ਹੈ ਪਰ ਜੱਸੀ ਪਾ ਕਬੱਡੀ ਉਦੇ ਕਰੀ ਤੇ ਜੱਸੀ ਇਹ ਹੈ ਜੱਸੀ ਨੌਜਵਾਨ ਨਹੀਂ ਜਫਾ ਭਰ ਸਕਿਆ ਇੱਕ ਹੋਰ ਨੰਬਰ ਧਾਗੀ ਦੇ ਵਾਸਤੇ ਕਹਿੰਦੇ ਵੀ ਗਾਜ਼ੀਪੁਰੀਏ ਲੱਖੇ ਦਾ ਵੱਡਾ ਨਾਮ ਖੇਡ ਜੱਗ ਦੇ ਵਿੱਚ ਚੀਮਿਆਂ ਦੇ ਲੱਖੇ ਦਾ ਵੀ ਵੱਡਾ ਨਾਮ ਹੈ ਆਹ ਹੈ ਲੱਖਾ ਨੌਜਵਾਨ ਲਾ ਮੈਰੀ ਪ੍ਰੀਆ ਲੱਖਾ ਕਬੱਡੀ ਪਾ ਰਿਹਾ ਹੈ ਮੈਰੀ ਪ੍ਰੀਆ ਲੱਖਾ ਬੜਾ ਹੈ ਕਬੱਡੀ ਲਾ ਧਾਰਨ ਦਾ ਯਤਨ ਕੀਤਾ ਹੈ ਪਰ ਸਫਲਤਾ ਧਾਵੀ ਦੇ ਵਾਸਤੇ ਕਿ ਸੀ ਬਲਵਿੰਦਰ ਹਿੱਡੂ ਕੋੜਾ ਲੰਮੀ ਪਾਰੀ ਦਾ ਨਾ ਖਮੇ ਖੇਡੇ ਕਾਟਾ ਕਾਰੀ ਸਾਰੀ ਦਾ ਆ ਕਮਲ ਦੀ ਕਬੱਡੀ ਖੇਡ ਮੈਦਾਨ ਚ ਫਿਰ ਪੰਜੀ ਹੋਈ ਇਸ ਵੀ ਮਾਧੋਪੁਰ ਦੀ ਟੀਮ ਦੇ ਵੱਲੋਂ ਕਮਲ ਕਬੱਡੀ ਪਾ ਰਿਹਾ ਹੈ ਮੇਰੂ ਤੇ ਅਕਾਲ ਸਰ ਮੋਗਾ ਦੀਆਂ ਟੀਮਾਂ ਜਿਹੜੀਆਂ ਬਹੁਤ ਜਲਦ ਮੈਦਾਨ ਪੁੱਜਣ ਮੇਰੂ ਤੇ ਅਕਾਲ ਸਰ ਮੋਗਾ ਇਹਦੇ ਸਰਕਾਰ ਉਸਤਾਦ ਅਮਰੀਸ਼ ਸਿੰਘ ਘੁੱਗੀ ਜੀ ਯੂਕੇ ਵਾਲੇ ਜਿਨ੍ਹਾਂ ਦਾ ਵੱਡਾ ਸਹਿਯੋਗ ਹੈ ਔਰ ਖੇਡ ਮੇਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਐਨਰ ਵੀਰ ਪੁੱਜ ਰਹੇ ਨੇ ਦਾ ਗੁਰਮੇਲ ਸਿੰਘ ਸਿੱਧੂ ਸਾਹਿਬ ਯੂਕੇ ਦਾ ਬਹਾਦਰ ਸਿੰਘ ਸਿੱਧੂ ਜੀ ਯੂਕੇ ਦਾ ਗੁਰਦਾਵਰ ਸਿੰਘ ਜੀ ਯੂਕੇ ਵਾਲੇ ਵੀਰ ਸਰਦਾਰ ਬਲਵਿੰਦਰ ਸਿੰਘ ਸਿੱਧੂ ਸਾਹਿਬ ਯੂਐਸਏ ਚੱਲ ਵੀ ਦੀਪੇ ਪਾ ਕਬੱਡੀ ਲਾ ਦੀਪਾ ਇਸ ਦੇ ਕਹਾਲੇ ਪਿੰਡ ਵਾਲਾ ਵੱਧ ਕੇ ਪਾਉਂਦਾ ਹੈ ਕਬੱਡੀ ਇੱਧਰ ਵਿੱਕੀ ਹੋਣਾ ਦੀ ਚੈਨ ਹੈ ਗੰਗੂ ਹੋਣਾ ਦੀ ਚੈਨ ਹੈ ਬੋਲਿਆ ਹੱਤਾਵਾ ਚਾਰ ਜਾਫੀਆਂ ਦੀ ਲੱਗੀ ਹੋਈ ਕਤਾਰ ਵਿੱਚੋਂ ਲਾ ਹਲਕਾ ਜਿਹਾ ਸੰਘਰਸ਼ ਤੇ ਨੰਬਰ ਧਾਵੀ ਦੇ ਵਾਸਤੇ ਨੰਬਰ ਜੋ ਧਾਵੀ ਦੇ ਵਾਸਤੇ ਜੁੜ ਗਿਆ ਹੈ ਸਰਦਾਰ ਗੁਰਦੀਪ ਸਿੰਘ ਜੀ ਆਸਟ੍ਰੇਲੀਆ ਤੋਂ ਵੱਡੇ ਸਹਿਯੋਗ ਭੇਜਦੇ ਨੇ ਸਰਦਾਰ ਬਲਵੀਰ ਸਿੰਘ ਜੀ ਸਿੱਧੂ ਸਾਹਿਬ ਯੂਕੇ ਸਰਦਾਰ ਗੁਰਬਚਨ ਸਿੰਘ ਜੀ ਸਿੱਧੂ ਜੀ ਯੂਕੇ ਸਰਦਾਰ ਗੁਰਵਿੰਦਰ ਸਿੰਘ ਜੀ ਬਿੱਟੂ ਜੀ ਯੂਕੇ ਸਰਦਾਰ ਸਤਨਾਮ ਸਿੰਘ ਜੀ ਸਿੱਧੂ ਜੀ ਯੂਕੇ ਸਰਦਾਰ ਗੁਰਦੀਪ ਸਿੰਘ ਜੀ ਸੰਘਾ ਸਾਹਿਬ ਯੂਕੇ ਵਾਲੇ ਵੀਰ ਵੱਡੇ ਸਹਿਯੋਗ ਨੇ ਸਰਦਾਰ ਚਰਨ ਸਿੰਘ ਜੀ ਪੰਬਰ ਸਾਹਿਬ ਯੂਕੇ ਔਰ ਹੈਪੀ ਸਿੱਧੂ ਜੀ ਮਲੇਸ਼ੀਆ ਵਾਲੇ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਧਰ ਪੰਜੀ ਫੇ ਕਬੱਡੀ ਦੇ ਨਾਲ ਗੱਲ ਕਰੀਏ ਮੈਦਾਨ ਦੀ ਆ ਲੱਖਾ ਕਬੱਡੀ ਪਾ ਰਿਹਾ ਹੈ ਕਿ ਲੱਖਾ ਦੀ ਕਰਦਾ ਲੱਖਾ ਗਾਜੀ ਪੁਰਦਾ ਜੀ ਖਾਲੀ ਹੱਥ ਗੁਰਵਾਲ ਕਦੇ ਦਾ ਪਿੱਛੇ ਮੁੜਦਾ ਜੀ ਆ ਕਰਨ ਨੌਜਵਾਨ ਨੇ ਕੀਤੀ ਫਿਟਰਾਈ ਇਹਨੂੰ ਲੱਖਾ ਇੱਕ ਹੋਰ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੈ ਗੱਭਰੂ
ਜਦ ਵੀ ਮਾਧੋਪ੍ਰਿਆ ਪਾੜੇ ਕਬੱਡੀ ਰੋਚਕ ਮੁਕਾਬਲਾ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ। ਇਧਰ ਇੱਕ ਦੀ ਤੇ ਪਰਮਜੀਤ ਸਿੰਘ ਪੰਮਾ ਨਾੜਵਾ ਦਾ ਸਮਰਥਕ ਕਾਦਾ ਕੱਲ ਕਛੇ ਦੇ ਵਿੱਚ ਲਾ ਆ ਹੈ ਪੰਮਾ ਇਹ ਕਿੰਨਰੀ ਸਿੱਧਵਾਂ ਦੇ ਰਵੀ ਦੇ ਨਾਲ ਹੁਣ ਮਿਲ ਕੇ ਦੇਖਿਆ ਜਾਂਦਾ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਦੇ ਵਾਸਤੇ ਖੇਡਦਾ ਪੰਜਾਬ ਦੇ ਖੇਡ ਮੇਲਿਆਂ ਦੇ ਵਿੱਚ ਲਲੀਆਂ ਦੇ ਜੱਗੇ ਹੋਣਾਂ ਦੇ ਨਾਲ ਪਰ ਮੈਚ ਸਮਾਪਤ ਮਾਧੋਪੁਰ ਦੀ ਟੀਮ ਜਿਹੜੀ ਜਿੱਤ ਗਈ ਹੈ ਜੀ ਨੋਟ ਕਰ ਲਿਓ ਮਾਧੋਪੁਰ ਦੀ ਟੀਮ ਜਿਹੜੀ ਹੈ ਜੇਤੂ ਬਣ ਗਈ ਹੈ। ਹੁਣ ਚਿੱਟੀ ਦਾ ਮੈਚ ਕਪੂਰਪੁਰ ਦੇ ਨਾਲ ਹੋ ਜਾ ਰਿਹਾ ਹੈ ਚਿੱਟੀ ਤੇ ਕਪੂਰਪਿੰਡ ਅਕਾਲ ਸਰਮੋਗਾ ਦੀਆਂ ਟੀਮਾਂ ਜਿਹੜੀਆਂ ਬਹੁਤ ਜਲਦ ਮੈਦਾਨ ਪੁੱਜਣ ਮੇਰੂ ਤੇ ਅਕਾਲ ਸਰਮੋਗਾ ਨੂੰ ਮੇਰੀ ਬੇਨਤੀ ਹੈ ਮੇਰੂ ਤੇ ਅਕਾਲ ਸਰਮੋਗਾ ਸਟੇਜ ਦੇ ਬਿਲਕੁਲ ਸੱਜੇ ਪਾਸੇ ਟੀਮ ਜਿਹੜੀ ਖੇਡੇ ਜਾ ਰਹੀ ਹੈ ਇਹ ਹੈ ਚਿੱਟੀ ਦੀ ਟੀਮ ਖੱਬੇ ਪਾਸੇ ਟੀਮ ਜਿਹੜੀ ਖੇਡੇ ਜਾ ਰਹੀ ਹੈ ਸਟੇਜ ਤੋਂ ਇਹ ਟੀਮ ਹੋਵੇਗੀ ਕਪੂਰਪਿੰਡ ਦੀ ਆ ਕਪੂਰਪਿੰਡ ਦਾ ਤੇ ਚਿੱਟੀ ਦਾ ਮੈਚ ਕਰਨਾ ਸਾਹਮਣੇ ਕਪੂਰਪਿੰਡੀਆ ਇਸ ਸਮੇਂ ਕਬੱਡੀ ਪਾ ਰਿਹਾ ਹੈ ਔਰ ਸਾਹਮਣੇ ਚਾਰ ਜਾਫੀ ਇਸ ਸਮੇਂ ਦਿਲਬਾਗ ਵਰਗੇ ਨੌਜਵਾਨਾਂ ਦੀ ਚੈਨ ਹੈ ਗੁਰਵਿੰਦਰ ਵਰਗੇ ਨੌਜਵਾਨਾਂ ਦੀ ਚੈਨ ਹੈ ਇਸ ਸਮੇਂ ਚਿੱਟੀ ਦੀ ਟੀਮ ਜੋ ਖੇਡ ਦੇ ਮੈਦਾਨ ਚ ਪਿੱਟੀ ਹੋਈ ਕਪੂਰਪਿੰਡ ਦੇ ਨਾਲ ਔਰ ਇਸੇ ਨਗਰ ਦੇ ਕਹਿੰਦੇ ਵੀ ਸਰਦਾਰ ਬਿਕਰ ਸਿੰਘ ਜੀ ਮਾਂ ਖੇਡ ਕਬੱਡੀ ਦੇ ਪ੍ਰਸਿੱਧ ਖਿਡਾਰੀ ਜਿਹਨਾਂ ਨੂੰ ਪੜਦੇ ਦੇ ਨਾਮ ਨਾਲ ਵੀ ਮਸ਼ਹੂਰ ਪੜਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੜਦੇ ਦੀ ਆਖਾਂਗੇ ਤੇ ਦੁਨੀਆ ਜਾਣੇਗੀ ਸਰਦਾਰ ਬਿਕਰ ਸਿੰਘ ਜੀ ਜਿਹਨਾਂ ਨੂੰ ਬਨਵਾਲੀਪੁਰ ਵਾਲੇ ਆਖਦੇ ਹੈ ਇਸੇ ਨਗਰ ਦੇ ਜਾ ਵਸੇ ਹੈ ਆਪਾਂ ਉਹਨਾਂ ਦੇ ਪਰਿਵਾਰ ਦਾ ਵੀ ਧੰਨਵਾਦ ਕਰਾਂਗੇ ਸਰਦਾਰ ਸਰਵਣ ਸਿੰਘ ਜੀ ਔਰ ਉਹਨਾਂ ਦੇ ਲੱਤੇ ਜਿਗਰ ਸਰਦਾਰ ਜਸਵੀਰ ਸਿੰਘ ਜੀ ਅਵਤਾਰ ਸਿੰਘ ਤਾਰੀ ਤੇ ਅਮਰੀਕ ਸਿੰਘ ਜੀ ਹੋਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਇਧਰ ਕਬੱਡੀ ਦੇ ਨਾਲ ਫਿਰ ਆਪਾਂ ਗੱਲ ਕਰੀਏ ਮੈਦਾਨ ਦੀ ਪਹਿਲੀ ਹੋਈ ਕਬੱਡੀ ਅਕਾਲ ਸਰਮੋਗੇ ਦੀ ਟੀਮ ਜਿਹੜੀ ਪੁੱਜ ਗਈ ਹੈ ਅਕਾਲ ਸਰਮੋਗਾ ਦੀ ਟੀਮ ਜਿਹੜੀ ਪੁੱਜ ਗਈ ਹੈ ਤੇ ਵਿਰੋਧੀ ਟੀਮ ਮੈਦਾਨ ਪੁੱਜੇ ਮਿਹੜੂ ਦੀ ਟੀਮ ਜਿਹੜੀ ਆ ਜਾਵੇ ਮਿਹੜੂ ਦੀ ਟੀਮ ਵੀ ਮੈਦਾਨ ਪੁੱਜ ਜਾਵੇ ਪਾਣੀ ਦੀ ਧੰਨਵਾਦ ਹੈ। ਇਧਰ ਗੋਪੇ ਦੀ ਪਹਿਲੀ ਹੋਈ ਕਬੱਡੀ ਤੇ ਨਾਲ ਹੀ ਮੇਰਾ ਵੀਰ ਤਿਰਤਾ ਚੀਮਿਆਂ ਵਾਲਾ ਮਾਂ ਖੇਡ ਕਬੱਡੀ ਦਾ ਬਿਹਤਰੀਨ ਬੁਲਾਰਾ ਉਹ ਵੀ ਮੈਦਾਨ ਪੁੱਜੇਗਾ। ਇਧਰ ਸੰਧੂ ਸਾਹਿਬ ਸੰਧੂ ਪ੍ਰੋਡਕਸ਼ਨ ਲਾਂਬੜਾ ਖਿਡਾਰੀਆਂ ਦੇ ਇੱਕ ਪਲ ਇੱਕ ਇੱਕ ਅੰਦਾਜ਼ ਕਰਦੇ ਜੀ ਆਖਰ ਕਵਰ ਕਰਦੇ ਹੋਏ ਔਰ ਅਜੀਤ ਤੋਂ ਪ੍ਰਸਿੱਧ ਪੱਤਰਕਾਰ ਵੀ ਨੇ ਕੁਲਜੀਤ ਸੰਧੂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਧਰ ਪਹਿਲੀ ਹੋਈ ਕਬੱਡੀ ਖੇਡ ਮੈਦਾਨ ਵਿੱਚ ਸਾਹਮਣੇ ਤੱਕ ਰਿਹਾ ਵੀ ਦੁਨੀਆ ਦੇ ਮਸ਼ਹੂਰ ਕਬੱਡੀ ਦੇ ਖਿਡਾਰੀਆਂ ਦੇ ਵਿੱਚ ਚੀਮਿਆਂ ਦਾ ਕਹਿੰਦੇ ਵੀ ਪਾਲਾ ਵੀ ਪੁੱਜਿਆ ਵੀਰਪੁਰ ਦਾ ਕਹਿੰਦੇ ਵੀ ਜੱਸੀ ਵੀ ਪੁੱਜਿਆ ਔਰ ਚੀਮਿਆਂ ਦਾ ਕਹਿੰਦੇ ਵੀ ਨਵੀਂ ਵਰਗੇ ਨਰਵਨ ਪੁੱਜੇ ਨੇ ਰਵੀ ਸਿਧਮਾ ਦੇ ਉਹਨਾਂ ਦਾ ਪੁੱਜਿਆ ਦੀਪ ਸਿਧਮਾ ਵਾਲਾ ਲੰਬਰ ਸਿਧਮਾ ਦਾ ਮੱਤੂ ਸਿਧਮਾ ਵਰਗੇ ਕਮਲ ਸਿਧਮਾ ਵਰਗੇ ਇਹ ਕਬੱਡੀ ਦੇ ਬਿਹਤਰੀਨ ਖਿਡਾਰੀ ਪੁੱਜੇ ਹੋਏ ਨੇ ਸਾਰਿਆਂ ਦਾ ਧੰਨਵਾਦ ਹੈ। ਪਹਿਲੀ ਹੋਈ ਕਬੱਡੀ ਇਹ ਦਸੋਨੂ ਦੀ ਲਾ ਸੋਨੂ ਨੌਜਵਾਨ ਦੀ ਕਬੱਡੀ ਦੇ ਨਾਲ ਆਪਾਂ ਜੁੜੀਏ ਇਹਨੂੰ ਪਤਲਾ ਜਿਹਾ ਸਰੀਰ ਮੁੰਡੇ ਦਾ ਪਾਉਂਦਾ ਹੈ ਕਬੱਡੀ ਕਿ ਖੇਡ ਕਬੱਡੀ ਦੇ ਚਾਰ ਸਲੀਕੇ ਖੁਰਤੀ ਦਾਰ ਦਲੇਰੀ ਜੋਰ ਜਿਹਨੂੰ ਆ ਜਾਣ ਚਾਰੇ ਉਹ ਬੰਜਰ ਕਲੈਰੀ ਮੋਰ ਮੋਰੇ ਹੋ ਕੇ ਡੱਕਣ ਦਾ ਯਤਨ ਕਰਦਾ ਹੈ ਕਿ ਮੋਰੇ ਖੜ ਕੇ ਹੌਸਲਾ ਕਰਕੇ ਪੂਤਰਿਆ ਸਾਹ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਹੁੰਡਾ ਵੱਲ ਠੀਬੀ ਲਾ ਕੇ ਡੇਕਣ ਦਾ ਰਾਜੇ ਖੇਲੇ ਅਰ ਪੰਜਾਬੀ ਜਿਗੜਾ ਰੱਖ ਦੇ ਖੇਡਣ ਦਾ ਰਾਜੇ ਖੇਲੇ ਅਰ ਪੰਜਾਬੀ ਜਿਗੜਾ ਰੱਖ ਦੇ ਖੇਡਣ ਦਾ ਆ ਸਾਹਮਣੇ ਪੈਂਦੀ ਹੋਈ ਕਬੱਡੀ ਇਸ ਸਮੇਂ ਕਪੂਰ ਪਿੰਡੀਏ ਦੀ ਇਧਰ ਪਾਵਰ ਫਿਟਨੈਸ ਜਿਮ ਵਾਲੇ ਸਾਡੇ ਵੀ ਸੁੱਖਾ ਜੀ ਤੇ ਹੈਪੀ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ। ਮੇਰੂ ਦੀ ਟੀਮ ਤੇ ਕਾਫਰ ਮੋਗੇ ਦਾ ਅਗਲਾ ਮਛੋੜਾ ਹੈ ਔਰ ਉਸਦੇ ਨਾਲ ਹੀ ਸੈਂਟੋਵਾਲ ਤੇ ਬਨਵਾਲੀਪੁਰ ਬਨਵਾਲੀਪੁਰ ਜਿੱਥੇ ਤੱਕ ਕਹਿੰਦੇ ਵੀ ਸ਼ਰਮੇ ਦਾ ਵੱਡਾ ਨਾਮ ਖੇਡ ਜਗਤ ਦੇ ਵਿੱਚ ਹੈ ਮਸ਼ਹੂਰ ਕਬੱਡੀ ਦਾ ਖਿਡਾਰੀ ਹੈ ਸ਼ਰਮਾ ਬਨਵਾਲੀਪੁਰੀਆ ਇਹਦੇ ਕਰਨਵੀਰ ਸਦਾ ਵੀ ਪੁੱਜਿਆ ਹੈ ਕੁੱਕਰਪਿੰਡ ਦੀ ਟੀਮ ਕੁੱਕਰਪਿੰਡ ਦੀ ਟੀਮ ਲੈ ਕੇ ਤੇ ਮੇਰੀ ਬੇਨਤੀ ਹੈ ਮੱਲੀਆਂ ਦੇ ਯੋਧੇ ਹੋਰਾਂ ਨੂੰ ਸੁੱਕੇ ਹੋਰਾਂ ਨੂੰ ਕਿ ਉਹ ਵੀ ਟੀਮ ਲੈ ਕੇ ਪੁੱਜਣ ਹਾਂਜੀ ਸਾਡੇ ਸਰਕਾਰ ਵੀ ਪ੍ਰਤਾਪ ਸਿੰਘ ਜੀ ਉਹ ਵੀ ਪੁੱਜੇ ਨੇ ਔਰ ਡੀਏਵੀ ਯੂਨੀਵਰਸਿਟੀ ਦੇ ਪ੍ਰਧਾਨ ਨੇ ਉਹਨਾਂ ਦੇ ਪੁੱਜਣ ਤੇ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ ਜਿਹਨੇ ਵੀ ਸਰਕਾਰ ਜੋ ਵੀਰ ਪੁੱਜ ਰਹੇ ਨੇ ਕਿ ਮਾਂ ਪਿਓ ਭੈਣ ਭਰਾ ਬੋਲਾ ਜਾਂ ਤੁਹਾਨੂੰ ਰੱਬ ਦੀ ਥਾਂ ਬੋਲਾ ਇਹ ਤੇ ਹਰ ਸ਼ਖਸੀਅਤ ਨਾਮੀ ਏ ਮੈਂ ਕਿਹਦਾ ਕਿਹਦਾ ਨਾ ਬੋਲਾ ਸੋ ਸਾਰੇ ਵੀਰ ਸਤਿਕਾਰਯੋਗ ਨੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਇਹ ਗੁਰਵਿੰਦਰ
ਸੁਖਵਿੰਦਰ ਸਿੰਘ ਚਿੱਟੀ ਪਿੰਡ ਵਾਲਾ ਮਾਧੋ ਜੀ ਦਾ ਫਲਾ ਕੇ ਨੰਬਰ ਆਪਣੀ ਟੀਮ ਦੇ ਲਈ ਜੁੜਦਾ ਹੈ। ਇੱਧਰ ਸ਼ਸ਼ੀ ਸਾਡਾ ਵੀਰ ਔਰ ਪ੍ਰੀਤ ਬਸੇਸਰ ਗੁਰ ਦੀ ਧਰਤੀ ਦਾ ਉਹ ਵੀ ਸਾਡਾ ਵੀਰ ਪੁੱਜਿਆ ਹੈ। ਪ੍ਰੀਤ ਹੁਣਾਂ ਦਾ ਵੀ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਹੈ। ਪੈਂਦੀ ਹੋਈ ਕਬੱਡੀ ਦੇ ਨਾਲ ਆਪ ਜਿਹੜੀਏ ਚਾਰ ਜਾਫੀ ਬਿਲਕੁਲ ਤਿਆਰੀ ਦੇ ਵਿੱਚ ਨੇ। ਆਹ ਚਿੱਟੀ ਵਾਲਾ ਕਰਦਾ ਹੈ ਕਮਾਲ, ਜਿੱਥੇ ਤੱਕ ਕਹਿੰਦੇ ਵੀ ਸ਼ਾਮਾ ਚਿੱਟੀ ਵਾਲਾ ਮਾਂ ਖੇਡ ਕਬੱਡੀ ਦਾ ਸੁਪਰ ਸਟਾਰ ਰਿਹਾ। ਹੁਣ ਪੰਜਾਬ ਕਬੱਡੀ ਜ਼ਿੰਮੇਵਾਰੀ ਹੈ ਸ਼ਾਮਾ ਚਿੱਟੀ। ਇੱਧਰ ਕਬੱਡੀ ਮੈਦਾਨ ਇੱਕ ਹੋਰ ਪਿੰਡੀਓ ਦੀ ਪੈਂਦੀ ਹੋਈ ਮੱਲੀਆਂ ਦੀ ਟੀਮ ਪਾਂਜਾਵੇ ਮੱਲੀਆਂ ਦੀ ਟੀਮ ਕੁੱਕਰਪੁਰ ਦੀ ਟੀਮ ਜਿਹੜੀ ਪੁੱਜ ਚੁੱਕੀ ਹੈ। ਮੱਲੀਆਂ ਦੀ ਟੀਮ ਨੂੰ ਮੇਰੀ ਬੇਨਤੀ ਹੈ ਕਿ ਆਓ ਮੈਦਾਨ ਦੇ ਵਿੱਚ। ਸਾਹਮਣੇ ਗੁਰਵਿੰਦਰ ਸਿੰਘ ਮੋਹਰੇ ਹਿਲਕੇ ਡੱਕਣ ਦਾ ਯਤਨ ਕਰਦਾ ਹੈ। ਲੈ ਚਿੱਟੀ ਪਿੰਡ ਵਾਲਾ ਕਰਦਾ ਹੈ ਕਮਾਲ, ਪਰ ਨੰਬਰ 22 ਦੇ ਵਾਸਤੇ ਨੰਬਰ ਜੋ ਰੇਡਰ ਦੇ ਵਾਸਤੇ ਜੁੜ ਗਿਆ ਹੈ। ਪਾਵੀ ਕਬੱਡੀ ਸੋਨੂ ਸਿਆ ਫਿਰ ਮੈਦਾਨ ਦੇ ਵਿੱਚ। ਇੱਧਰ ਅਕਾਲ ਸਿੰਘ ਮੋਗੇ ਦੀ ਟੀਮ ਮਾਲਵੇ ਦੀ ਮੰਨੀ ਪਰਮਨੀ ਟੀਮ ਹੈ। ਤਰਤਾ ਚੀਮਾ ਜੀ ਇਹਨਾਂ ਖਿਡਾਰੀਆਂ ਦੇ ਬਾਬਤ ਗੱਲ ਕਰਨਗੇ। ਤਰਤਾ ਚੀਮਾ ਜੀ ਨੂੰ ਬੇਨਤੀ ਕਿ ਆਉਣਗੇ ਮੈਦਾਨ ਦੇ ਵਿੱਚ। ਔਰ ਅਗਲੀ ਕਬੱਡੀ ਇਸ ਨਾਲ ਹੀ ਮੈਚ ਦੀ ਸਮਾਪਤੀ ਹੋ ਚੁੱਕੀ ਹੈ। ਇਸ ਮੈਚ ਚਿੱਟੀ ਦੀ ਟੀਮ ਭਾਰੀ ਜੇਤੂ ਰਹੀ ਹੈ। ਇਹ ਲੋਕ ਗੀਤ ਰਾਵੇ ਜੀ ਚਿੱਟੀ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ। ਮੋਗੇ ਦੇ ਦਰਮਿਆਨ ਇਹ ਹੁਣ ਜੋ ਮੁਕਾਬਲਾ ਸ਼ੁਰੂ ਹੋ ਜਾ ਰਿਹਾ ਹੈ, ਵੱਧ ਕਾਢੇ ਦਾ ਟੱਕਰ ਹੋਵੇਗੀ। ਔਰ ਉਸ ਤੋਂ ਬਾਅਦ ਚ ਮੇਰੀ ਬੇਨਤੀ ਹੈ ਮੱਲੀਆਂ ਦੀ ਟੀਮ ਪੁੱਜ ਜਾਵੇ, ਕਿਉਂਕਿ ਅਕਾਲ ਸਰ ਮੋਗੇ ਦੀ ਤੇ ਦੂਜੀ ਸਾਈਡ ਤੇ ਜਿਹੜੀ ਟੀਮ ਆ ਉਹ ਮਹੇੜੀ ਫਿਰਦੀ ਆ ਕਬੱਡੀ ਦੇ ਸਟਾਰ ਬੱਲੀ ਉਹਨਾਂ ਦਾ ਪਿੰਡ ਹੈ। ਇਸ ਵੇਲੇ ਪਹਿਲੀ ਕਬੱਡੀ ਪਾਉਣ ਦੇ ਲਈ ਮਹੇੜੂ ਵਾਲਾ ਨੌਜਵਾਨ ਧਾਬੀ ਮੈਦਾਨ ਦੇ ਵਿੱਚ ਵਧਿਆ ਹੋਇਆ ਤੇ ਇੱਧਰ ਮੋਗੇ ਵਾਲੇ ਨੇ ਕਹਿੰਦੇ ਐਨ ਫੜਿਆ ਹੋਇਆ ਗਿੱਟਾ ਤੇ ਲਾ ਬੱਗਿਆਂ ਵਾਲੇ ਮੰਗੀ ਦੀ ਤਰ੍ਹਾਂ ਟੰਗੀ ਤੇ ਨੌਜਵਾਨ ਨੇ ਇਸ ਵੇਲੇ ਪੁਆਇੰਟ ਜਿਹੜਾ ਅਕਾਲ ਸਰ ਮੋਗੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ। ਆਹ ਧਾਬੀ ਦਾ ਜੀਵਨ ਨਾਮ ਹੈ ਜਿਹੜਾ ਹੁਣ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਅੱਗੇ ਵੱਲ ਨੂੰ ਵਧਦਾ ਜਾ ਰਿਹਾ। ਚਾਰ ਜਾਫੀ ਕੁੱਕਰਪੁਰ ਦੀ ਟੀਮ ਜਿਹੜੀ ਉਹ ਗਰਾਊਂਡ ਦੇ ਵਿੱਚ ਪੁੱਜ ਚੁੱਕੀ ਹੈ। ਬਰਵਾਲੀਪੁਰ ਵਰਸੇ ਸਾਦੋਵਾਲ ਦੀਆਂ ਟੀਮਾਂ ਜਿਹੜੀਆਂ ਪਲੀਜ ਜਲਦੀ ਨਾਲ ਗਰਾਊਂਡ ਦੇ ਵਿੱਚ ਪਹੁੰਚਣਗੀਆਂ। ਬਰਵਾਲੀਪੁਰ ਵਰਸੇ ਸਾਦੋਵਾਲ ਦੀਆਂ ਟੀਮਾਂ ਇੱਧਰ ਧਾਬੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੈ ਤੇ ਲਾ ਜਾਤੀ ਕਾਲ ਸਰ ਮੋਗੇ ਵਾਲੇ ਨੇ ਤਕੜਾ ਜਿਹਾ ਜੱਫਾ ਜਿਹੜਾ ਪੁਆਇੰਟ ਹੈ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ। ਸਿੰਦਰਾ ਵਰਸ ਜੀ ਰੁੜਤਾ ਪਰਸੁਰਾਮਪੁਰ ਵਰਸੇ ਸੰਧੂ ਚੱਪੇ ਦੀਆਂ ਟੀਮਾਂ ਵੀ ਪਲੀਜ ਅਗਲੇ ਮੈਚ ਦੇ ਲਈ ਜਲਦੀ ਦੇ ਨਾਲ ਪਹੁੰਚਣਗੀਆਂ। ਅਕਾਲ ਸਰ ਮੋਗੇ ਵਾਲੇ ਧਾਬੀ ਦੀ ਪੈਂਦੀ ਕਬੱਡੀ ਤੇ ਨਕੋਦਰ ਵਾਲੇ ਨਕੋਦਰ ਦੇ ਇਲਾਕੇ ਮਹਿਰੂ ਪਿੰਡ ਵਾਲਾ ਨੌਜਵਾਨ ਵੱਧ ਕੇ ਕਰਦਾ ਹੈ ਟਰਾਈ ਤੇ ਕਿਸੇ ਕੰਮ ਨਹੀਂ ਲਵਾਈ। ਪੁਆਇੰਟ ਜਿਹੜਾ ਧਾਬੀ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ। ਬਰਮਾਲੀਪੁਰ ਦੀ ਟੀਮ ਜੇਕਰ ਗਰਾਊਂਡ ਦੇ ਵਿੱਚ ਪੁੱਜੀ ਹੈ ਤਾਂ ਪਲੀਜ ਉਹ ਟੀਮ ਹੱਥ ਖੜਾ ਕਰ ਦੇਵੇ। ਸਾਦੋਵਾਲ ਦੀ ਟੀਮ ਬਹੁਤ ਬਹੁਤ ਧੰਨਵਾਦ ਹੈ ਦੋਨਾਂ ਟੀਮਾਂ ਦਾ ਜਿਹੜਾ ਹੈਗਾ ਮੈਚ ਹੋਣਾ ਹੈ। ਤੇ ਇੱਧਰ ਨੌਜਵਾਨ ਅਕਾਲ ਸਰ ਮੋਗੇ ਵਾਲਾ ਜ਼ਖਮੀ ਸ਼ੇਰ ਦੀ ਤਰ੍ਹਾਂ ਨੌਜਵਾਨ ਐਨ ਕਹਿੰਦੇ ਟਰਾਈ ਕਰ ਰਿਹਾ ਤੇ ਕਦੀ ਗੁੱਟ ਫੜ ਰਿਹਾ ਤੇ ਕਦੇ ਨੌਜਵਾਨ ਧੌਣ ਤੇ ਰੱਖ ਰਿਹਾ ਹੱਥ। 30 ਸੈਕਿੰਡ ਦਾ ਸਮਾਂ ਵੀ ਜਿਹੜਾ ਟਿਕ ਟਿਕ ਕਰਕੇ ਬੀਤਦਾ ਜਾ ਰਿਹਾ ਐਨ ਫੜਿਆ ਗਿਆ ਲੱਕ ਤੇ ਲਾ ਤਕੜਾ ਜਿਹਾ ਜੱਫਾ ਇਸ ਵੇਲੇ। ਜਾਫੀ ਨੇ ਜਿਹੜਾ ਪੁਆਇੰਟ ਹੈ ਉਹ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ। ਦਮਨ ਸਿੱਧੂ ਕਰਮਵੀਰ ਸਿੱਧੂ ਤੇ ਨਾਲ ਸਾਡਾ ਭਰਾ ਹਰਦੀਪ ਸਿੱਧੂ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਲਈ ਵੱਡੀ ਮਿਹਨਤ ਕੀਤੀ ਹੈ ਸਾਡੇ ਭਰਾਵਾਂ ਨੇ। ਤੇ ਇੱਧਰ ਮੋਗੇ ਵਾਲਾ ਸੋਨੀ ਰਾਜਵਾਨ ਇਸ ਵੇਲੇ ਮੈਦਾਨ ਦੇ ਵਿੱਚ ਡੱਕਿਆ ਜਾ ਚੁੱਕਿਆ ਤੇ ਲਾ ਤਕੜਾ ਜੱਫਾ ਮਹਿਰੂ ਵਾਲੇ ਨੌਜਵਾਨ ਜਾਫੀ ਨੇ ਪੁਆਇੰਟ ਜਿਹੜਾ ਉਹ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ। ਸੰਧੂ ਚੱਠਾ ਵਰਸ ਜੀ ਪਰਸੁਰਾਮਪੁਰ ਦੀਆਂ ਟੀਮਾਂ ਵੀ ਪਲੀਜ ਅਗਲੇ ਮੈਚ ਦੇ ਲਈ ਜਲਦੀ ਦੇ ਨਾਲ ਹੀ ਗਰਾਊਂਡ ਦੇ ਵਿੱਚ ਪਹੁੰਚਣਗੀਆਂ। ਪਾਵਰ ਫਿਟਨੈਸ ਜਿਮ ਲਾਂਭੜਾ ਸਾਡੇ ਸੁੱਕੇ ਹੋਣੀ ਹੈਪੀ ਹੋਣੀ ਭਰਾ ਵੀ ਇਸ ਕਬੱਡੀ ਟੂਰਨਾਮੈਂਟ ਤੇ ਉਚੇਚੇ ਤੌਰ ਤੇ ਪੁੱਜੇ ਆ। ਬਹੁਤ ਬਹੁਤ ਧੰਨਵਾਦ ਹੈ ਗਾਂਧੀ ਗਰੁੱਪ ਖੰਨੇ ਵਾਲੇ ਸਾਡੇ ਵੀਰ ਮਿੰਦੀ ਹੋਣੀ ਗੁਰੂ ਗਰੇਵਾਲ ਅਰਮਾਨ ਚੀਮਾ ਹਰਮਨ ਵਿਰਕ ਸਾਰੇ ਵੀਰ ਖੰਨੇ ਵਾਲੇ ਗਾਂਧੀ ਦੇ ਗਰੁੱਪ ਤੋਂ, ਕਿਉਂਕਿ ਕਰਮਵੀਰ
ਜਿੰਦੇ ਨਾਲ ਯਾਰੀ ਆ ਉਹ ਵੀ ਸਾਡੇ ਭਰਾ ਟੂਰਨਾਮੈਂਟ ਤੇ ਪੁੱਜਣ ਜਾ ਰਹੇ ਆ ਭਰਾਵਾ ਉਹ ਕਿ ਦੱਸ ਕਿਹੜੀ ਟੀਮ ਦਾ ਮੈਚ ਆ दर्शक भी नोट कर लेना इस मैच जी कालसर मोगे की टीम जेतु रही है कालसर मोगा बरमालीपुर वर्स सैदोवाल परसरामपुर संधु चिट्ठा रेता सिंधरा बंडारा मंजकी फलबोता काला संघिया बी वर्स भुचो खुरद ताजपुर श्री कोठे जत्ता कोठे चम्यारा जहांगीर लीला मेघ सिंह धारीवाल बेट बी जी संधा अवतार सिंह जी सिद्धू सरदार सरजीत सिंह जी सरदार मनजीत सिंह जी सिद्धू नशा छुड़ाऊ केंद्र सरदार सुखविंदर सिंह जी दुला जगिंदर सिंह जी सरपंच बंडलगढ़ तो सरदार कलवंत सिंह सरदार कलदीप सिंह इस टूरनामेंट से पुजे है तो इधर नौजवान जफा लाऊ जाते नहीं है फैसला नवाजीपुर वाला बिट्टू सा भरा कर रहा है राणा जी बरमालीपुर तो हरदीप पंडित सिद्धवा वाला सारे सत्कारयोग भरावान का बहुत बहुत धन्यवाद है अगली कबड्डी पाउण दे लई बब्बू नादवन धावी खेड मैदान दे विच बैठा आया कदे भरावे बारे बब्बू दे चरते इन्हां खेड मैदानां दे विच रहे आ ते इधर नादवन बब्बू इस वेले पॉइंट आ जिहड़ा वो अपनी टीम दे हिस्से दे विच जोड़ रहा आ अगले मैच दीआं टीमां परसरामपुर वर्स संधु चिट्ठे दीआं टीमां प्लीज वो भी जल्दी दे नाल ही ग्राउंड दे विच पहुंचणगीआं परसरामपुर ते संधु चिट्ठा इधर जाफी की पट्टी हुई खुच के कई बार तो खुचा कट के फरने पैंदे गिटे बिना मेहनत कोई राह नहीं सियाणा कढ लए ने सिटे पर जिन्ना लभना सोना वो पट दिंदे आ कल लोको एक ने तो ढहना है जद घोड़दे दुमल एक ने तो ढहना है जद घोड़दे आ दुमल थोड़ा थप्पड़ा का भी खड़का हो रहा ते जाफी ने धौण ते हथ रखिया ते कैंची कहिंदे आण इकबाल सिंह अगली कबड्डी पाने लई मैदान दे विच खेड मैदान दे विच बढ़िया होया इकबाल की कबड्डी पै रही है चार जाफी ते इक कन्नी ते बढ़ के बजिया होया टच पॉइंट जिहड़ा नौजवान धावी इस वेले इकबाल सिंह अपनी टीम के हिस्से से जोड़ता होया बब्बू अगली कबड्डी फिर मुंडे ने हत्थां थोड़ी कली भी लाई है तो विरोधियों के बेड़े के वल चाले जिहड़े पा दिते है कि जिते भाइयों विच नहीं एका जिते पैर पैर ते ठेका खुली बिकदी जिते शराब लोको ए मेरा पंजाब लोको ए मेरा पंजाब रोटी जोगे बचते नहीं दाने चिट्टा पींदे छोटे छोटे न्याणे नशा बिकदा बेहिसाब लोको ए मेरा पंजाब लोको ए मेरा पंजाब इस जाफी ने लगातार दो जफे लाए है ते इधर कबड्डी पाउण दे लई नौजवान धावी फिर खेड मैदान दे विच बढ़ चुके आ चार जाफी ते चारां दे दिमाग दे विच कहिंदे प्लैनिंग चलदी होणी है भी आ धावी नूं कित्ता टकिया जावे एक कन्नी तो मुंडे ने बढ़ के ऐन कहते पट्टियां खुचा ते लास सिरे का जफा पॉइंट जिहड़ा अपनी टीम दे हिस्से दे विच जोड़दा होया ਕੰਧਾਰਾ ਪਿੰਡ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ ਢਿੰਡੋਵਾਲ ਦੀ ਟੀਮ ਪ੍ਰੀਜ ਵੀ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਕੁੱਕੜ ਪਿੰਡ ਵਰਸ ਦੇ ਮੱਲੀਆਂ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਤਿਆਰੀ ਕਰ ਲੈਣ ਕੁੱਕੜ ਪਿੰਡ ਵਰਸ ਦੇ ਮੱਲੀਆਂ ਇੱਧਰ ਇਕਬਾਲ ਸਿੰਘ ਨਾਜਵਾਨ ਅਗਲੀ ਕਬੱਡੀ ਪਾਉਣ ਦੇ ਲਈ
ਫਿਰ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਨੂੰ ਵਾਧਾ ਹੋਇਆ ਕਿ ਜੇ ਲੈਣਾ ਹੋਵੇ ਕਣਕ ਤੋਂ ਆਟਾ ਤੇ ਚੱਕੀ ਗੇੜ ਨਹੀਂ ਪੈਂਦੀ ਹੈ, ਖੂਹ ਤੋਂ ਲੈਣਾ ਹੋਵੇ ਪਾਣੀ ਲੋਕੋ ਪਿੰਡ ਫੇਰ ਨਹੀਂ ਪੈਂਦੀ ਹੈ, ਕਰ ਕਰ ਦੁੱਧ ਹੋ ਜਾਵਣ ਲਾਲ, ਮਲਾਈਆਂ ਵਾਸਤੇ ਤਾਂ ਠਾਰਨਾ ਪੈਂਦਾ ਹੈ, ਕੁਝ ਵਰਨਾ ਹੋਵੇ ਜ਼ਿੰਦਗੀ ਵਿੱਚ ਲੋਕੋ ਤੇ ਮਨ ਨੂੰ ਤਾਂ ਮਾਰਨਾ ਪੈਂਦਾ ਹੈ, ਕੁਝ ਵਰਨਾ ਹੋਵੇ ਜ਼ਿੰਦਗੀ ਵਿੱਚ ਲੋਕੋ ਤੇ ਮਨ ਨੂੰ ਮਾਰਨਾ ਪੈਂਦਾ ਹੈ। ਇਧਰ ਭਾਵੀ ਕਬੱਡੀ ਪਾ ਰਿਹਾ ਚਾਰ ਜਾਫੀ ਆ, ਆ ਮੁੰਡੇ ਦਾ ਤੀਜਾ ਜੱਫਾ ਹੋ ਰਿਹਾ, ਜੇ ਜੱਫਾ ਲੱਗ ਗਿਆ ਤੇ ਤਾੜੀ ਜ਼ਰੂਰ ਮਾਰ ਦੋ ਦਰਸ਼ਕ ਵੀਰੋ। ਲੈ ਵੀ ਜਵਾਨੋ ਉਸ ਮੁੰਡੇ ਦਾ ਨਾਮ ਵੀ ਦੱਸੀ ਕੀ ਆ, ਗੋਪੀ ਗੋਪੀ ਲਾਲ ਤਕੜਾ ਜਿਹਾ ਜੱਫਾ, ਤਿੰਨ ਜੱਫੇ ਲਾਇਆ ਮੁੰਡੇ ਨੇ, ਤਿੰਨੋ ਹੀ ਜਿਹੜੇ ਲਗਾਤਾਰ ਚੱਲੇ ਤੇ ਅਗਲੀ ਕਬੱਡੀ ਵੀ ਇਕਬਾਲ ਸਿੰਘ ਘਟਾਵੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ। ਪਾਵਰ ਫਿਟਨੈਸ ਜਿੰਮ ਲਾਭਣਾ ਵਾਲੇ ਸਾਡੇ ਭਰਾ ਸੁੱਖਾ ਤੇ ਹੈਪੀ ਉਹ ਵੀ ਇਸ ਟੂਰਨਾਮੈਂਟ ਤੇ ਚੇਚੇ ਤੌਰ ਤੇ ਪੁੱਜੇ ਆ। ਦਮਨ ਸਿੱਧੂ, ਕਰਮਵੀਰ ਸਿੱਧੂ ਤੇ ਨਾਲ ਹਰਦੀਪ ਸਿੱਧੂ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਲਈ ਬੜੀ ਜ਼ਿਆਦਾ ਮਿਹਨਤ ਕੀਤੀ, ਇਹਨਾਂ ਭਰਾਵਾਂ ਦਾ ਵੀ ਧੰਨਵਾਦ ਆ। ਕੁੱਕਰ ਪਿੰਡ ਬੀ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਗਰਾਊਂਡ ਦੇ ਵਿੱਚ ਪਹੁੰਚਣਗੀਆਂ ਕਿ ਨਾਲ ਖੰਨੇ ਵਾਲੇ ਗਾਂਧੀ ਦਾ ਗਰੁੱਪ ਆ, ਮਿੱਤਰਾਂ ਦੀ ਏਰੀਏ ਚ ਟੋਕਾ ਗਾਂਧੀ ਖੰਨੇ ਵਾਲਾ, ਜਿਸ ਨੌਜਵਾਨ ਤੇ ਹੁਣ ਆਪਾਂ ਥੋੜਾ ਟਾਈਮ ਪਹਿਲਾਂ ਵੇਖਿਆ ਵੀ ਇੱਕ ਮੂਵੀ ਵੀ ਤਿਆਰ ਹੋਈ ਆ ਤੇ ਗਾਂਧੀ ਗਰੁੱਪ ਖੰਨੇ ਤੋਂ ਸਾਡੇ ਵੀਰ ਜਿਹੜੇ ਟੂਰਨਾਮੈਂਟ ਤੇ ਪੁੱਜੇ ਆ ਸਿੰਧੀ ਤੇ ਨਾਲ ਸਾਡਾ ਵੀਰ ਗੁਰੂ ਗਰੇਵਾਲ, ਅਰਮਾਨ ਚੀਮਾ, ਹਰਮਨ ਬਿਰਕੁੜੀ, ਗਾਂਧੀ ਗਰੁੱਪ ਖੰਨੇ ਵਾਲੇ ਸਾਡੇ ਭਰਾ ਟੂਰਨਾਮੈਂਟ ਤੇ ਪੁੱਜੇ ਆ, ਬਹੁਤ ਬਹੁਤ ਧੰਨਵਾਦ ਆ। ਇਸ ਮੈਚ ਦੇ ਵਿੱਚ ਬਰਮਾਲੀਪੁਰ ਦੀ ਟੀਮ ਜਿਹੜੀ ਵਿਨਰ ਰਹੀ ਆ, ਦਰਸ਼ਕ ਦੇ ਸਾਡੇ ਪ੍ਰਬੰਧਕ ਵੀਰ ਨੋਟ ਕਰ ਲੈਣ, ਬਰਮਾਲੀਪੁਰ ਦੀ ਟੀਮ ਇਸ ਮੈਚ ਦੇ ਵਿੱਚ ਜਿਹੜੀ ਜੇਤੂ ਰਹੀ ਆ, ਤਾਂ ਪਲੀਜ਼ ਉਹ ਵੀ ਅਗਲੇ ਮੈਚਾਂ ਦੇ ਲਈ ਤਿਆਰੀ ਕਰ ਲੈਣਾ। ਕੋਠੇ ਜੱਟਾਂ ਵਰਸਜ ਫਾਜ਼ਿਲਪੁਰ, ਲਿਤਰਾਂ ਤੇ ਬੜਾ ਪਿੰਡ ਚਮਿਆਰਾ ਵਰਸ ਜਹਾਂਗੀਰ, ਸੁਰਖਪੁਰ ਦੀ ਟੀਮ ਦਾ ਮੈਚ ਜਿਹੜਾ ਉਹ ਚੀਮੇ ਦੀ ਟੀਮ ਨਾਲ ਸਭ ਤੋਂ ਲਾਸਟ ਮੈਚ ਜਿਹੜਾ ਖੇਡਿਆ ਜਾਣਾ ਹੈ। ਸੁਰਖਪੁਰੀਆ ਜਾਦਾ ਤੇ ਜੋੜਾ ਵੀ ਇਸ ਟੂਰਨਾਮੈਂਟ ਤੇ ਪੁੱਜ ਚੁੱਕੇ ਆ। ਬਹੁਤ ਬਹੁਤ ਧੰਨਵਾਦ ਜਿੰਨੇ ਵੀ ਕਬੱਡੀ ਦੇ ਸਟਾਰ ਜਿਹੜੇ ਆਪੋ ਆਪਣੀਆਂ ਟੀਮਾਂ ਲੈ ਕੇ ਪੁੱਜੇ ਆ। ਇੱਧਰ ਇੱਕ ਭਰਾ ਸਾਡਾ ਜਿਹੜਾ ਕਰਤੱਵ ਕਰ ਰਿਹਾ, ਮਿੱਟੀ ਦਾ ਜਿਹੜਾ ਟੋਕਰਾ ਭਰ ਕੇ ਗਰਾਊਂਡ ਦਾ ਚੱਕਰ ਲਾ ਰਿਹਾ, ਉਹਦਾ ਚੱਕਰ ਲਾ ਰਿਹਾ ਇਹਨਾਂ ਕਬੱਡੀ ਕੱਪਾਂ ਦੇ ਜ਼ਰੀਏ। ਬੜੇ ਪਰਿਵਾਰਾਂ ਦੇ ਜਿਹੜੇ ਗੁਜ਼ਾਰੇ ਚੱਲਦੇ ਆ, ਭਾਵੇਂ ਕੋਈ ਟੈਂਟ ਵਾਲਾ, ਭਾਵੇਂ ਸਾਊਂਡ ਵਾਲਾ ਤੇ ਭਾਵੇਂ ਜਿਹੜੇ ਰੇਹੜੀਆਂ ਵਾਲੇ ਸਾਡੇ ਵੀਰ ਆ। ਅਗਲੇ ਮੈਚ ਦੀਆਂ ਟੀਮਾਂ ਮੱਲੀਆਂ ਵਰਸਗਰੀ ਦੇ ਕੱਪ ਦਾ ਵੈਸਟ ਆ ਤੇ ਹੋਰ ਜਿਹੜੇ ਪੰਜਾਬ ਦੇ ਕਬੱਡੀ ਕੱਪਾਂ ਦੀ ਆਪਾਂ ਗਿਣਤੀ ਕਰਨ ਲੱਗ ਜਾਈਏ ਤੇ ਲਿਸਟ ਬੜੀ ਲੰਮੀ ਹੋ ਜਾਵੇਗੀ। ਕਰਾਰੀ ਵਾਲਾ ਲੱਕੀ ਕਬੱਡੀ ਦਾ ਸਟਾਰ ਜਿਹੜਾ ਉਹ ਵੀ ਇਸ ਟੂਰਨਾਮੈਂਟ ਤੇ ਪਹੁੰਚ ਗਿਆ, ਕੈਨੇਡਾ ਤੋਂ ਚੇਚੇ ਤੌਰ ਤੇ ਇਸ ਟੂਰਨਾਮੈਂਟ ਤੇ ਪੁੱਜਿਆ। ਕਰਾਰੀ ਦਾ ਲੱਕੀ ਕਬੱਡੀ ਦਾ ਸਟਾਰ ਤੇ ਉਹਨਾਂ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਸਿੱਧੂ ਹੋਣੀ ਇਸ ਟੂਰਨਾਮੈਂਟ ਪਹਿਲੀ ਕਬੱਡੀ ਪਾਉਣ ਦੇ ਲਈ ਸਨੀ ਨੌਜਵਾਨ ਧਾਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ। ਚਾਰ ਜਾਫੀ ਖੜੇ ਆ ਤੇ ਚਾਰਾਂ ਦੇ ਵਿੱਚੋਂ ਕਿਹੜਾ ਲਾਊ ਮੱਲੀਆਂ ਵਾਲਾ ਸਨੀ ਦੀ ਪੈਂਦੀ ਕਬੱਡੀ ਤੇ ਜੱਫਾ ਤੇ ਜਾਂ ਸਮੇਂ ਦੇ ਫੈਸਲੇ ਹੋਣੇ ਆ। 30 ਸਕਿੰਟ ਦਾ ਸਮਾਂ ਵੀ ਬੀਤੇ ਤੇ ਵਿਚਕਾਰ ਤੋਂ ਦੋ ਨੰਬਰ ਤੋਂ ਜਾਫੀ ਨੇ ਵੱਧ ਕੇ ਟਰਾਈ ਕੀਤੀ ਪਰ ਪੁਆਇੰਟ ਜਿਹੜਾ ਸਨੀ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ। ਇਹਦੇ ਅਗਲੀ
ਕਬੱਡੀ ਪਾਉਣ ਦੇ ਲਈ ਜੋਧਾ ਨੌਜਵਾਨ ਧਾਵੀ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਸਾਹਮਣੇ ਨੌਜਵਾਨ ਇਸ ਵੇਲੇ ਭਰਿਆ ਹੋਇਆ ਕਲਾਬਾ ਮੱਲੀਆਂ ਵਾਲੇ ਜੋਧੇ ਨੂੰ ਲੱਗ ਰਿਹਾ ਮੈਦਾਨ ਦੇ ਵਿੱਚ ਜਫਾ ਉਧਰ ਸਰਦਾਰ ਬਲਵਿੰਦਰ ਸਿੰਘ ਜੀ ਸਿੱਧੂ ਤੇ ਕਰਾਲੀ ਵਾਲਾ ਲੱਕੀ ਕਬੱਡੀ ਦਾ ਸਟਾਰ ਜਿਹੜਾ ਉਹ ਵੀ ਸਟੇਜ ਦੇ ਉੱਪਰ ਵਿਰਾਜਮਾਨ ਹੋ ਰਹੇ ਆ ਅੱਜ ਦੇ ਤਾਜਪੁਰ ਦੇ ਕਬੱਡੀ ਕੱਪ ਤੇ ਜਿੰਨੀਆਂ ਵੀ ਸਤਿਕਾਰ ਦੇ ਵਿੱਚ ਸ਼ਖਸੀਅਤਾਂ ਪੁੱਜੀਆਂ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸ਼ਖਸੀਅਤਾਂ ਦਾ ਜਿਹੜਾ ਕੋਟਰ ਕੋਟ ਧੰਨਵਾਦ ਕੀਤਾ ਜਾ ਰਿਹਾ ਉਧਰ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਗੋਗੋ ਖੇਡ ਮੈਦਾਨ ਦੇ ਵਿੱਚ ਵੱਧ ਚੁੱਕਿਆ ਚਾਰ ਜਾਫੀ ਖੜੇ ਆ ਤੇ ਗੋਗੋ ਦੀ ਕਬੱਡੀ ਆ ਤੇ ਇਹ ਦੋ ਨੰਬਰ ਤੇ ਪੱਟੀ ਖੁੱਚ ਤੇ ਛੁੜਾਇਆ ਪਰ ਪੰਡਿਤ ਜੀ